ਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ ਜੀ ਦੋਸਤੋ। ਮੈਂ ਜ਼ੀਸ਼ਾਨ ਅਲੀ, ਟੂਰਿਸਟ ਮੈਂਟੋਰ ਚੈਨਲ ਦੀ ਤਰਫੋਂ ਇੱਕ ਦਫ਼ਾ ਫਿਰ ਇੱਕ ਨਵੇਂ ਟੌਪਿਕ ਦੇ ਨਾਲ। ਅੱਜ ਅਸੀਂ ਗੱਲ ਕਰਾਂਗੇ ਬੈਲਾਰੂਸ ਤਾਂ ਰਸ਼ੀਆ ਨੇ ਸਟੂਡੈਂਟ ਵੀਜ਼ੇ ਵਾਸਤੇ ਪੋਲਿਸੀਸ ਚੇਂਜ ਕਰ ਦਿੱਤੀਆਂ, ਪਾਕਿਸਤਾਨ ਤਾਂ ਇੰਡੀਆ ਦੀਆਂ ਕਿਉਂ ਕੀਤੀਆਂ, ਇਹਦੀ ਵਜ੍ਹਾ ਕੀ ਆ, ਇਹ ਅਸੀਂ ਅੱਗੇ ਜਾ ਕੇ ਆਪਣੀ ਵੀਡੀਓ ਦੇ ਵਿੱਚ ਦੱਸਾਂਗੇ। ਵੀਡੀਓ ਨੂੰ ਐਂਡ ਤੱਕ ਦੇਖਣਾ, ਅਗਰ ਵੀਡੀਓ ਪਸੰਦ ਆਵੇ ਪਲੀਜ਼ ਇਹਨੂੰ ਲਾਈਕ ਸ਼ੇਅਰ ਤਾਂ ਕਮੈਂਟ ਕਰਨਾ, ਬੈੱਲ ਆਈਕਨ ਨੂੰ ਪ੍ਰੈਸ ਕਰ ਲੈਣਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਲੀਜ਼ ਐਂਡ ਥੈਂਕ ਯੂ। ਚਲੋ ਜੀ, ਅੱਜ ਦੀ ਆਪਣਾ ਅਸੀਂ ਉਹ ਜਿਹੜੀ ਉਹਨਾਂ ਨੇ ਪੋਲਿਸੀਸ ਚੇਂਜ ਕੀਤੀਆਂ ਵਾ ਅਤੇ ਕਿਉਂ ਕੀਤੀਆਂ ਇਹਦੇ ਬਾਰੇ ਅਸੀਂ ਅੱਜ ਗੱਲ ਕਰਦੇ ਹਾਂ। ਮੈਂ ਥੋੜ੍ਹੇ ਦਿਨ ਪਹਿਲਾਂ ਵੀਡੀਓ ਅਪਲੋਡ ਕੀਤੀ ਸੀਗੀ ਬੈਲਾਰੂਸ ਅਤੇ ਰਸ਼ੀਆ ਦੀ, ਉਹਦੇ ਵਿੱਚ ਮੈਂ ਡਿਟੇਲ ਦੇ ਨਾਲ ਦੱਸਿਆ ਸੀਗਾ ਕਿ ਉਮਰ ਕਿੰਨੀ ਹੋਣੀ ਚਾਹੀਦੀ ਆ ਅਤੇ ਫੀਸ ਤੁਸੀਂ ਉੱਥੇ ਜਾ ਕੇ ਪੇ ਕਰਨੀ ਆ, ਤੁਹਾਨੂੰ ਇਨਵੀਟੇਸ਼ਨ ਆ ਜਾਏਗੀ, ਬਹੁਤ ਈਜ਼ੀ ਐਂਟਰੀ ਆ, ਬਲਾ ਬਲਾ ਬਲਾ। ਉਹ ਅਗਰ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਤਾਂ ਪਲੀਜ਼ ਮੇਰੇ ਚੈਨਲ 'ਤੇ ਜਾ ਕੇ ਤੁਸੀਂ ਉਹ ਚੈੱਕ ਕਰਿਓ। ਉਹਨਾਂ ਨੇ ਉਹ ਚੇਂਜ ਕਰ ਦਿੱਤੀਆਂ ਪੋਲਿਸੀਜ਼। ਮੇਰੀ ਗੱਲ ਹੋਈ ਆ ਇੱਕ ਬਹੁਤ ਹੀ ਰਜਿਸਟਰਡ ਯੂਨੀਵਰਸਿਟੀ ਆ ਮਿੰਸਕ ਦੇ ਵਿੱਚ, ਮੇਰੀ ਮਿੰਸਕ ਦੇ ਵਿੱਚ ਗੱਲ ਹੋਈ ਆ ਅਤੇ ਉੱਥੇ ਦੀ ਜਿਹੜੀ ਪ੍ਰਿੰਸੀਪਲ ਸੀ ਨਾ, ਲੈਂਗੁਏਜ ਜਿਹੜੇ ਕੋਰਸ ਕਰਵਾਉਂਦੇ ਆ ਉਹਨਾਂ ਦੀ ਉਸ ਯੂਨੀਵਰਸਿਟੀ ਦੀ, ਉਹਦੇ ਪ੍ਰਿੰਸੀਪਲ ਨਾਲ ਗੱਲ ਹੋਈ, ਉਹਨਾਂ ਦੀ ਔਰਤ ਸੀਗੀ ਅਤੇ ਉਹਨੇ ਮੈਨੂੰ ਬੜਾ ਜਾਮਿਆ ਦੱਸਿਆ ਅਤੇ ਬੜਾ ਨਾ ਮਤਲਬ ਇਜ਼ਹਾਰ ਕੀਤਾ ਉਹਨੇ ਗੁੱਸੇ ਦਾ, ਉਹ ਕਿਉਂ ਕੀਤਾ ਮੈਂ ਤੁਹਾਨੂੰ ਅੱਜ ਦੇ ਦੱਸਦਾ ਵਾਂ ਅਤੇ ਪੋਲਿਸੀਜ਼ ਦੇ ਬਾਰੇ ਵੀ ਅਸੀਂ ਬਿਆਨ ਕਰਦੇ ਹਾਂ। ਪੋਲਿਸੀਜ਼ ਉਹਨਾਂ ਨੇ ਜੀ ਚੇਂਜ ਇਹ ਕੀਤੀ ਆ ਕਿ ਫੀਸ ਤੁਸੀਂ ਅਪ ਫਰੰਟ ਦੇਣੀ ਆ ਉੱਥੇ ਜਾਣ ਤੋਂ ਪਹਿਲੇ। ਪਹਿਲਾਂ ਇਸ ਤਰ੍ਹਾਂ ਨਹੀਂ ਸੀਗਾ, ਪਹਿਲਾਂ ਇਸ ਤਰ੍ਹਾਂ ਸੀਗਾ ਕਿ ਫੀਸ ਤੁਸੀਂ ਉੱਥੇ ਜਾ ਕੇ ਦੇਣੀ ਆ ਉੱਥੇ, ਹੁਣ ਤੁਸੀਂ ਫੀਸ ਐਡਵਾਂਸ ਦੇ ਵਿੱਚ ਪੇ ਕਰਨੀ ਹੈ। ਜਿੰਨੇ ਵੀ ਮੰਥ ਆ ਤੁਸੀਂ ਅਗਰ ਲੈਂਗੁਏਜ ਕੋਰਸ ਕਰਨ ਜਾ ਰਹੇ ਹੋ ਤਾਂ ਉਹ ਹੈਗਾ ਵਾ ਇੱਕ ਮਾਹ ਤੋਂ ਲੱਗਦਾ ਇੱਕ ਸਾਲ ਤੀਕਰ। ਇਸ ਵਟ ਐਵਰ ਯੂ ਥਿੰਕ, ਜੋ ਵੀ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਉਸ ਤਰ੍ਹਾਂ ਕਰ ਸਕਦੇ ਹਾਂ। ਤੁਸੀਂ ਅਗਰ 5 ਮਾਹ ਦਾ ਪੜ੍ਹਨਾ ਵਾ ਤਾਂ ਤੁਸੀਂ 5 ਮਾਹ ਦੀ ਫੀਸ ਜਿਹੜੀ ਐਡਵਾਂਸ ਦੇਣੀ ਆ, ਉਸ ਤੋਂ ਬਾਅਦ ਤੁਹਾਨੂੰ ਉਹ ਇਨਵੀਟੇਸ਼ਨ ਬਣਾ ਕੇ ਭੇਜਣਗੇ। ਫੀਸ ਦਾ ਅੱਛਾ ਤੁਹਾਨੂੰ ਮੈਂ ਦੱਸ ਦਵਾਂ, ਫੀਸ ਜਿਹੜੀ ਆ ਟੋਟਲੀ ਰਿਫੰਡੇਬਲ ਆ। ਸਮ ਰੀਜ਼ਨ, ਕੋਈ ਵੀ ਵਜ੍ਹਾ ਬਣ ਸਕਦੀ ਆ ਕਿ ਤੁਹਾਡਾ ਵੀਜ਼ਾ ਜਾਂ ਇਨਵੀਟੇਸ਼ਨ ਨਹੀਂ ਆਉਂਦੀ, ਤੁਹਾਨੂੰ ਉਹ ਫੀਸ ਉਹ ਵਾਪਸ ਕਰਨਗੇ। ਇਹ ਮਤਲਬ ਰਜਿਸਟਰਡ ਅਗਰ ਤੁਸੀਂ ਆਪ ਕਰ ਸਕਦੇ ਆ, ਬੈਲਨ ਗੋਡਾ ਅਗਰ ਤੁਸੀਂ ਨਹੀਂ ਕਰ ਸਕਦੇ। ਫੈਸਲਾਬਾਦ ਦੇ ਵਿੱਚ ਇੱਕ ਲੜਕਾ ਵਾ ਅਲੀ ਬਲੋਚ, ਉਹਦਾ ਮੈਂ ਨੰਬਰ ਵੀ ਥੱਲੇ ਸ਼ੇਅਰ ਕਰ ਦਿੰਦਾ, ਤੁਸੀਂ ਉਹਨਾਂ ਨਾਲ ਕੰਟੈਕਟ ਕਰ ਲਿਓ। ਉਹ ਅੱਛਾ ਆਦਮੀ ਆ, ਮਤਲਬ ਤੁਸੀਂ ਉਹਨਾਂ ਨਾਲ ਅਗਰ ਤੁਸੀਂ ਚਾਹੁੰਦੇ ਅਗਰ ਤੁਸੀਂ ਆਪ ਕਰ ਸਕਦੇ ਹਾਂ ਵੈਲ ਐਂਡ ਗੁੱਡ, ਨਹੀਂ ਤਾਂ ਤੁਸੀਂ ਉਹ ਅਲੀ ਬਲੋਚ ਦੇ ਨਾਲ ਤੁਸੀਂ ਗੱਲ ਕਰ ਲਿਓ। ਅਤੇ ਉਹ ਜੀ ਫੀਸ ਤੁਸੀਂ ਪਹਿਲਾਂ ਪੇ ਕਰਨੀ ਆ ਜਿਹੜੀ ਟੋਟਲੀ ਰਿਫੰਡੇਬਲ ਹੋਏਗੀ, ਫਿਰ ਤੁਹਾਨੂੰ ਇਨਵੀਟੇਸ਼ਨ ਆਉਣੀ ਆ। ਉਹਦੀ ਵਜ੍ਹਾ ਕੀ ਬਣੀ ਇਹਨਾਂ ਦੀ ਵਜ੍ਹਾ, ਉਹਦੀ ਇੱਕ ਮੈਂ ਤੁਹਾਨੂੰ ਗੱਲ ਕਰਦਾ ਵਾਂ, ਗੱਲ ਮਜ਼ੇਦਾਰ। ਉਹਦੀ ਵਜ੍ਹਾ ਕੀ ਬਣੀ ਜੀ, 11 ਬੰਦੇ ਪਾਕਿਸਤਾਨੀ, ਇੱਕ ਬੰਦਾ ਇੰਡੀਅਨ, ਇਹਨਾਂ ਨੂੰ ਇਨਵੀਟੇਸ਼ਨ ਆ ਗਈ, ਫੀਸਾਂ ਇਹਨਾਂ ਨੇ ਉੱਥੇ ਜਾ ਕੇ ਜਮ੍ਹਾਂ ਕਰਵਾਉਣੀਆਂ ਸੀਗੀਆਂ। ਉੱਥੇ ਉਹਨਾਂ ਨੂੰ ਲੈਣ ਆਇਆ ਕਾਲਜ ਦੇ ਜਿਹੜੇ ਸੀਗੇ ਲੋਕ, ਉਹਨਾਂ ਨੂੰ ਲੈਣ ਵਾਸਤੇ ਆਏ ਏਅਰਪੋਰਟ 'ਤੇ, ਏਅਰਪੋਰਟ ਬਾਹਰ ਨਿਕਲੇ, ਉਹਨਾਂ ਨੇ ਹੋਸਟਲ ਦੇ ਦਿੱਤੇ ਕਿ ਤੁਸੀਂ ਇੱਥੇ ਰਹਿਣਾ ਵਾ। ਉੱਥੇ ਰਹੇ, ਦੂਸਰੇ ਦਿਨ ਸ਼ਾਮ ਨੂੰ ਉਹ ਬੰਦੇ ਉੱਥੋਂ ਡੌਂਕੀ ਲਾ ਕੇ ਦੌੜ ਗਏ, ਪੋਲੈਂਡ ਵੜ ਗਏ, ਚਲੇ ਗਏ ਉੱਥੋਂ ਦੌੜ ਗਏ। ਫੀਸਾਂ ਵੀ ਗਈਆਂ, ਉਹ ਕਾਲਜ ਨੇ ਇੰਨੀ ਮਿਹਨਤ ਕੀਤੀ ਹੁੰਦੀ, ਫੀਸ ਤਾਂ ਉਹਨਾਂ ਨੇ ਪੇ ਨਹੀਂ ਕੀਤੀ, ਟਿਕਟਾਂ ਹੀ ਲਈਆਂ ਨਾ, ਐਂਟਰੀ ਈਜ਼ੀ ਲੱਭ ਗਈ ਬਗੈਰ ਕਿਸੇ ਹੈਸਲ ਤੋਂ।
ਉਹਨਾਂ ਦਾ ਟਾਈਮ ਵੀ ਖਰਾਬ ਕੀਤਾ ਇਹਨਾਂ ਨੇ, ਮਤਲਬ ਉਹ ਬਹੁਤ ਹੀ ਗੁੱਸੇ ਦਾ ਉਹਨੇ ਮੇਰੇ ਨਾਲ ਇਜ਼ਹਾਰ ਕੀਤਾ। ਅਤੇ ਨਹੀਂ ਤਾਂ ਮੈਂ ਬੈਲਾਰੂਸ ਜਾਣਾ ਸੀਗਾ, ਮੈਂ ਸਿਰਫ ਇਸੇ ਵਜ੍ਹਾ ਤੋਂ ਨਾ ਮੈਂ ਥੋੜ੍ਹਾ ਜਿਹਾ ਹੁਣ ਨਾ ਸੋਚਦਾ ਪਿਆ ਕਿ ਮੈਂ ਜਾਵਾਂ ਨਾ ਹੀ ਜਾਵਾਂ। ਉਹਨੂੰ ਮੈਂ ਮਿਲਣ ਵਾਸਤੇ ਜਾਣਾ ਸੀ, ਮੈਨੂੰ ਕਹਿ ਰਹੀ ਸੀ ਕਿ ਤੁਸੀਂ ਸਾਨੂੰ ਨਾ ਰਿਪ੍ਰਜੈਂਟ ਕਰੋ ਸਾਡੇ ਕਾਲਜ, ਸਾਡੀ ਯੂਨੀਵਰਸਿਟੀ ਨੂੰ। ਅਤੇ ਮੈਨੂੰ ਹੁਣ ਥੋੜ੍ਹਾ ਜਿਹਾ ਸ਼ਰਮ ਆ ਰਹੀ ਆ। ਅੱਛਾ ਜੀ, ਉਹ ਬੰਦੇ ਜਿਹੜੇ 11 ਪਾਕਿਸਤਾਨੀ ਸੀਗੇ, ਜਿਨ੍ਹਾਂ 'ਚੋਂ ਮੋਸਟਲੀ ਜਿਹੜੇ ਗੁਜਰਾਤ ਦੇ ਮਤਲਬ ਇੱਧਰ ਵਾਲੀ ਸਾਈਡ ਦੇ ਜ਼ਿਆਦਾ ਬੰਦੇ ਸੀਗੇ, ਕੁਛ ਇੱਕ ਦੋ ਸਿਆਲਕੋਟ ਦੇ ਵੀ ਸੀ, ਉਹ ਦੌੜ ਗਏ ਉੱਥੋਂ। ਉਹ ਹੁਣ ਦੇਖੇ, ਹੁਣ ਉਹਨਾਂ ਦੀਆਂ ਜਿਹੜੀਆਂ ਸੀ ਨਾ ਕੀ ਸੀਗੀਆਂ ਰੂਮ ਦੀਆਂ, ਹੋਸਟਲ ਦੀਆਂ, ਉਹ ਚਾਬੀਆਂ ਵੀ ਨਾਲ ਲੈ ਕੇ ਚਲੇ ਗਏ। ਉਹਨਾਂ ਨੇ ਪੋਲਿਸੀ ਬਿਲਕੁਲ ਚੇਂਜ ਕਰਤੀ ਆ ਇਸ ਵਜ੍ਹਾ ਤੋਂ, ਜਾਂ ਪਿਛਲੇ ਦੌਰ ਦੇ ਵਿੱਚ ਵੀ ਇਸ ਤਰ੍ਹਾਂ ਹੁੰਦਾ ਆ ਰਿਹਾ ਵਾ ਕਿ ਲੋਕ ਉੱਥੇ ਰੁਕਦੇ ਨਹੀਂ, ਦੌੜ ਜਾਂਦੇ ਉੱਥੋਂ। ਠੀਕ ਆ, ਲੇਕਿਨ ਆ ਠੀਕ ਨਹੀਂ ਆ ਚੀਜ਼। ਇਸ ਤਰ੍ਹਾਂ ਤੁਸੀਂ ਥੋੜ੍ਹੀ ਦੇਰ ਰੁਕੋ ਉੱਥੇ, ਜਿੰਨੀ ਦੇਰ ਤੁਸੀਂ ਮਤਲਬ ਫੀਸ ਉਹਨਾਂ ਨੂੰ ਦੇ ਦਿਓ, ਜਿੰਨੀ ਦੇਰ ਤੁਸੀਂ 5-6 ਮਾਹ ਤਾਂ ਰੁਕੋ, ਤੁਸੀਂ ਇਹ ਕੰਮ ਕਰਨਾ ਤਾਂ ਹੈ ਹੀ ਆ। ਅਤੇ ਦੋਸਤੋ, ਹੁਣ ਜਿਹੜਾ ਬੰਦਾ ਵੀ ਉੱਥੇ ਜਾਣਾ ਚਾਹੁੰਦਾ ਵਾ, ਤੁਹਾਨੂੰ ਫੀਸ ਅਪ ਫਰੰਟ ਦੇਣੀ ਪੈਂਦੀ। ਮੈਂ ਜਿਸ ਤਰ੍ਹਾਂ ਤੁਹਾਨੂੰ ਅਲੀ ਬਲੋਚ ਦਾ ਦੱਸਿਆ, ਬੜਾ ਸੋਹਣਾ ਪ੍ਰੋਸੀਡ ਕਰਦਾ ਮੁੰਡਾ। ਅਤੇ ਤੁਸੀਂ ਅਗਰ ਦੇਖ ਲਓ, ਅਗਰ ਰੋਕੋ ਕਰਵਾਉਣਾ ਵੈਲ ਐਂਡ ਗੁੱਡ ਆ, ਫੀਸ ਤੁਹਾਨੂੰ ਦੇਣੀ ਪੈਣੀ, ਅਗਰ ਤੁਸੀਂ ਆਪ ਕਰ ਸਕਦੇ ਆ ਦੀ ਬੈਸਟ ਆ। ਠੀਕ ਆ ਦੋਸਤੋ, ਮੈਂ ਬਸ ਤੁਹਾਨੂੰ ਅੱਜ ਛੋਟੀ ਜਿਹੀ ਅਪਡੇਟ ਦੇਣੀ ਸੀਗੀ। ਅਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਠੀਕ ਆ, ਅੰਟਿਲ ਨੈਕਸਟ ਟੋਪਿਕ ਤੀਕਰ ਮੈਨੂੰ ਇਜਾਜ਼ਤ ਦਿਓ। ਗੁੱਡ ਲੱਕ।